ਦੇਖੋ ਜੀ, ਇਹ ਪਾਰਕ ਦਾ ਨਾਮ ਹੈਗਾ ਮੇਰੇ ਖਿਆਲ ਦੇ ਨਾਲ, ਬਾਅਦ 'ਚੋਂ ਪੁੱਛ ਕੇ ਦੱਸਦਾ। ਪਾਰਕ ਦੀ ਸੁੰਦਰਤਾ ਦੇਖ ਲਓ ਕਿਸ ਚੀਜ਼ ਤੋਂ ਬਣਦੀ ਹੈ ਕਿ ਸੰਘਣੇ ਭਾਰੇ ਬੜੇ ਦਰਖਤ, ਹਾਈਟ ਦੇਖ ਲਓ ਇਹਨਾਂ ਦੀ 100-100 ਫੁੱਟ, 200-200 ਫੁੱਟ, ਔਰ ਵਿੱਚ ਹਰਾ ਘਾਹ, ਔਰ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਵਧੀਆ ਰਾਈਡਾਂ, ਪਾਣੀ ਪ੍ਰਬੰਧ। ਮਤਲਬ ਤਕਰੀਬਨ ਇਹ ਰਸ਼ ਵੀਕਐਂਡ 'ਤੇ ਜ਼ਿਆਦਾ ਰਹਿੰਦਾ। ਵੀਕਐਂਡ 'ਤੇ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਮੇਲਾ ਲੱਗਿਆ ਹੁੰਦਾ ਹੈ, ਹਰ ਇੱਕ ਬੰਦਾ ਆਪਣੀ ਫੈਮਿਲੀ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਆਇਆ ਹੋਇਆ ਹੈ। ਕੋਈ ਇੱਥੇ ਫਰਕ ਨਹੀਂ ਕੱਪੜੇ ਦਾ, ਨੰਗੇ ਤੜੰਗੇ ਜਿੱਦਾਂ ਮਰਜ਼ੀ ਮਸਤੀ ਕਰਦੇ ਆ, ਖੇਡਦੇ ਆ, ਜ਼ਿੰਦਗੀ ਦਾ ਲੁਤਫ ਲੈਂਦੇ ਆ। ਕਮੀ ਸਾਡੇ ਮੁਲਕ ਦੇ ਵਿੱਚ ਵੀ ਕਿਸੇ ਚੀਜ਼ ਦੀ ਹੈ ਨਹੀਂ, ਪਰ ਸਿਰਫ ਇਹ ਹੈ ਕਿ ਸਾਡੇ ਮੁਲਕ ਦਾ ਦੇਖ ਲਓ ਜੀ, ਮਤਲਬ ਆਲਾ ਦੁਆਲਾ ਦੇਖ ਕੇ ਬੰਦਾ ਉਦੇ ਪ੍ਰਸੰਨ ਹੋਈ ਜਾਂਦਾ। ਸਿਰਫ ਇੱਥੇ ਕੀ ਹੈ ਕਿ ਇੱਕ ਕੰਮ ਹੋਣਾ ਚਾਹੀਦਾ ਬੰਦੇ ਨੂੰ। ਜਦੋਂ ਬੰਦੇ ਦੇ ਕੋਲ ਕੰਮ ਹੈ ਨਾ, ਇੱਕ ਬੰਦੇ ਦੇ ਕੋਲ ਕੰਮ ਹੈ, ਆਪਣੀ ਜੌਬ ਕਰਦਾ, ਇੱਕ ਮਜ਼ਦੂਰ ਬੰਦਾ ਇੱਥੇ ਵਧੀਆ ਤਰੀਕੇ ਦੇ ਨਾਲ ਰੋਟੀ ਖਾ ਸਕਦਾ। ਅਤੇ ਸਾਡੇ ਇੰਡੀਆ ਦੇ ਵਿੱਚ ਇੱਕ ਮਜ਼ਦੂਰ ਬੰਦਾ ਬਸ ਧੱਕੇ ਖਾ ਸਕਦਾ। ਇੱਥੇ ਇੱਕ ਵੱਡੇ ਤੋਂ ਵੱਡੇ IPS ਔਫੀਸਰ ਨਾਲੋਂ ਵੀ ਜ਼ਿਆਦਾ ਕਮਾਈ ਹਾਰਡਵਰਕ ਕਰਨ ਵਾਲਾ ਕਹਿ ਲਓ ਮਜ਼ਦੂਰ ਦੀ ਹੈ, ਠੀਕ ਹੈ ਨਾ ਜੀ। ਬਸ ਕਹਿ ਲਓ ਕਿਆ ਕਹਿਣੇ ਕੈਨੇਡਾ ਦੀ ਸੁੰਦਰਤਾ ਦੇ, ਔਰ ਇੱਥੋਂ ਦੇ ਲੋਕ ਵੀ ਇੰਨੇ ਫਰਾਖ ਦਿਲ ਹੈ। ਆ ਦੇਖ ਕਿਸ ਤਰ੍ਹਾਂ ਦਾ ਹੌਲੀ ਹੌਲੀ ਨਾ ਇੱਕ ਉੱਡਦਾ ਉਹ ਬੂਰ ਜਿਹੀ ਉੱਡਦੀ ਹੈ ਦਰੱਖਤਾਂ ਦੇ ਉੱਪਰੋਂ, ਰੂਈ ਜਿਹੀ ਦੀ। ਬਾਕੀ ਆਨੰਦ ਹੈ ਜੀ, ਆਨੰਦ ਹੈ। ਇਹ ਵੀ ਇਹਨਾਂ ਮੁਲਕਾਂ ਦੇ ਲੋਕਾਂ ਨੂੰ ਵੀ ਬੜੇ ਭਾਗਾਂ ਨਾਲ ਹੀ ਦੇਖਿਆ ਜਾਂਦਾ। ਸੱਚੇ ਪਾਤਸ਼ਾਹ ਸਭ ਨੂੰ ਇਸ ਤਰ੍ਹਾਂ ਦਾ ਮੌਕਾ ਦੇਵੇ। ਵਿੱਚ ਰੇਲ ਦੀ ਲਾਈਨ ਬਣੀ ਹੋਈ ਹੈ। ਸਤਨਾਮ ਸ਼੍ਰੀ ਵਾਹਿਗੁਰੂ।